ਹਾਂਜੀ ਭਾਅ ਜੀ, ਕੀ ਨਾਮ ਜੀ? ਮੇਰਾ ਨਾਮ ਸੁਲੱਖਣ ਸਿੰਘ ਤੋੜ, ਸ਼ਹੀਦ ਭਗਤ ਸਿੰਘ ਦੋਵੇਂ ਸਭਾ ਦੇ ਸੂਬਾ ਮੀਤ ਪ੍ਰਧਾਨ। ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਜਿਹੜਾ ਕਿ 16 ਫਰਵਰੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ, ਉਹਦਾ ਸਮਰਥਨ ਕਰ ਰਹੇ ਜੀ? ਕਹਿਣਾ ਤਾਂ ਅਸੀਂ ਇਹ ਆ ਜੀ, ਜਿਹੜੀਆਂ ਸਰਕਾਰਾਂ ਹੁੰਦੀਆਂ ਵਾ ਇਹ ਲੋਕ ਪੱਖੀਆਂ, ਲੋਕਾਂ ਦੇ ਪੱਖ 'ਚ ਕਾਨੂੰਨ ਬਣਾਉਂਦੀਆਂ, ਜਨਤਾ ਨੂੰ ਵੇਖ ਕੇ ਉਹਨਾਂ ਦੇ ਹੱਕ ਦੇ ਕਾਨੂੰਨ ਬਣਾਉਂਦੀਆਂ। ਪਰ ਸਾਨੂੰ ਇਹ ਆ ਵੀ ਜਿਹੜੀ ਸਾਡੀ ਸਰਕਾਰ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਭਾਜਪਾ ਦੀ ਮੋਦੀ ਸਰਕਾਰ ਜਿਹੜੀ ਆ, ਇਹ ਪਹਿਲੇ ਨੰਬਰ ਦੇ ਉੱਤੇ ਧਰਮਾਂ ਦੇ ਨਾਂ 'ਤੇ ਪੱਤਾ ਖੇਡ ਕੇ ਲੋਕਾਂ ਨੂੰ ਲੜਾਉਣਾ ਚਾਹੁੰਦੀ ਆ। ਅੱਜ ਸਾਡੇ ਜਿਹੜੇ ਕਿਰਤੀ ਕਿਸਾਨ, ਨੌਜਵਾਨ, ਮਜ਼ਦੂਰ, ਜੇ ਉਹ ਦਿੱਲੀ ਨੂੰ ਜਾ ਰਿਹਾ ਆਪਣਾ ਕੋਈ ਦੁੱਖ ਦੱਸਣ ਵਾਸਤੇ, ਵੀ ਜਿਸ ਤਰ੍ਹਾਂ MSP ਆ ਕਿਸਾਨਾਂ ਨੂੰ ਜਿਹੜੀ ਆ ਉਹ ਸਰਕਾਰ ਦੇ, ਅਤੇ ਉਹਦੇ ਨਾਲ ਹਰ ਵਰਗ ਦਾ ਜਿਹੜਾ ਵਾ ਉਹ ਭਲਾ ਹੁੰਦਾ। ਜਿਸ ਤਰ੍ਹਾਂ ਜਿਹੜੀਆਂ ਫਸਲਾਂ 'ਤੇ MSP ਆ, ਉਹਨਾਂ ਫਸਲਾਂ ਦੀ ਲੁੱਟ ਵੀ ਨਹੀਂ ਹੁੰਦੀ, ਅਤੇ ਜਿਹੜਾ ਲੋਕ ਖਰੀਦਦੇ ਆ ਉਹਨਾਂ ਦੀ ਲੁੱਟ ਵੀ ਨਹੀਂ ਹੁੰਦੀ। ਜਿਹੜੀ ਫਸਲ 'ਤੇ MSP ਨਹੀਂ ਗਈ ਉਹਦੀ ਹੈ ਵੀ ਵੇਚਣ ਵਾਲੇ ਦੀ ਵੀ ਲੁੱਟ ਹੁੰਦੀ ਅਤੇ ਖਪਤਕਾਰ ਦੀ ਵੀ ਲੁੱਟ ਹੁੰਦੀ ਆ। ਹੋਰ ਬਹੁਤ ਸਾਰੇ ਮੁੱਦੇ ਆ ਜਿਹੜੇ ਅਸੀਂ ਸਰਕਾਰ ਦੇ ਕੋਲੋਂ ਮੰਗ ਕਰਦੇ ਹਾਂ, ਸਾਡੇ ਮਸਲੇ ਜਿਹੜੇ ਹੱਲ ਕੀਤੇ ਜਾਣ। ਅੱਜ ਸਾਡੇ ਨੌਜਵਾਨ ਆ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਧੱਕੇ ਖਾ ਰਹੇ ਆ, ਸਰਕਾਰਾਂ ਨੇ ਵਾਅਦਾ ਕੀਤਾ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਅਤੇ ਰੁਜ਼ਗਾਰ ਪੱਕਾ ਦੇਵਾਂਗੇ। ਅੱਜ ਠੇਕੇ 'ਤੇ ਭਰਤੀ ਕਰਕੇ ਨੌਜਵਾਨ ਲੋਕਾਂ ਦੀ ਲੁੱਟ ਕੀਤੀ, ਨੌਜਵਾਨਾਂ ਦੀ ਲੁੱਟ ਕੀਤੀ ਜਾ ਰਹੀ ਆ। ਅੱਜ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਾਇਆ ਜਾ ਰਿਹਾ, ਸਾਡੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਜਾ ਰਿਹਾ, ਗੈਂਗਸਟਰ ਬਣ ਤੋਂ ਬਣਾ ਕੇ ਉਹਨਾਂ ਨੂੰ ਬਾਅਦ 'ਚ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ। ਅੱਜ ਸਾਡੀ ਨੌਜਵਾਨੀ ਨੂੰ ਬਰਬਾਦੀ ਵਾਲੇ ਪਾਸੇ ਸਾਡੀਆਂ ਸਰਕਾਰਾਂ ਖੜ ਰਹੀਆਂ। ਅਸੀਂ ਜਿਹੜਾ ਵਾ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਡੀ ਜਵਾਨੀ ਨੂੰ ਬਚਾਇਆ ਜਾਵੇ, ਸਾਡੀ ਕਿਸਾਨੀ ਨੂੰ ਬਚਾਇਆ ਜਾਵੇ। ਸਾਡੇ ਮੁਲਾਜ਼ਮ ਭਰਾ ਵਾ ਅੱਜ ਜਿਹੜਾ ਵਾ ਅਸੀਂ ਗੋਦਵਾਲ ਸਾਹਿਬ ਕਪੂਰਥਲਾ ਚੌਂਕ ਦੇ ਵਿੱਚ ਧਰਨਾ ਲਾ ਕੇ ਬੈਠੇ ਹਾਂ। ਜਿੰਨਾ ਵੀ ਇਹ ਏਰੀਆ ਵਾ ਸਾਰੇ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ। ਜਿਹੜੇ ਮੁਲਾਜ਼ਮ ਆ ਉਹ ਬਕਾਇਦਾ ਆਪਣੀਆਂ ਛੁੱਟੀਆਂ ਭਰ ਕੇ ਹੜਤਾਲ ਦੇ ਵਿੱਚ, ਉਹ ਆਪਣੇ ਜਿਹੜੇ ਜਿੱਥੇ ਹਾਜ਼ਰੀ ਲਾਉਂਦੇ ਉੱਥੇ ਹੜਤਾਲ ਲਿਖ ਕੇ ਉਹ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ। ਭਾਵੇਂ ਉਹ ਕੱਚੇ ਮੁਲਾਜ਼ਮ ਆ, ਕੱਚੇ ਟੀਚਰ ਆ, ਸਾਰੇ ਉਹ ਜਿਹੜੇ ਆ ਇੱਥੇ ਇਸ ਧਰਨੇ ਵਿੱਚ ਸਹੂਲੀਅਤ ਉਹਨਾਂ ਕੀਤੀ ਆ ਕਿ ਮੋਦੀ ਨੂੰ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਨੀਤੀਆਂ ਜਿਹੜੇ ਮੋਦੀ ਸਰਕਾਰ ਬਣਾ ਰਹੀ ਆ ਉਹਨੂੰ ਮੋੜਾ ਦਿੱਤਾ ਜਾ ਸਕੇ। ਪ੍ਰਧਾਨ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਜੇਕਰ ਗੱਲ ਕੀਤੀ ਜਾਵੇ ਜਿਹੜਾ ਕਿ ਕਿਸਾਨ ਮਜ਼ਦੂਰ ਜਿਹੜਾ 9 ਮਾਸ ਦਾ ਰਿਸ਼ਤਾ ਵਾ ਇੱਕ, ਕਿ ਜ਼ਿਆਦਾਤਰ ਇੱਕ ਸੋਸ਼ਲ ਮੀਡੀਆ ਦੇਖਿਆ ਜਾਵੇ ਕਿ ਇਹ ਵੀ ਚੀਜ਼ ਵਾਇਰਲ ਹੋ ਰਹੀ ਹੈ ਕਿ ਤੁਸੀਂ ਮਜ਼ਦੂਰਾਂ ਦੀ ਜਿਹੜੇ ਕਿਸਾਨ ਆ ਉਹ ਗੱਲ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀਂ ਕਰਦੇ? ਨਹੀਂ ਉਹ ਜੀ, ਉਹ ਇਹਦਾ ਕਈ ਸ਼ਰਾਰਤੀ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਾੜੇ ਨੂੰ ਵਧਾਉਣਾ ਚਾਹੁੰਦੇ ਆ। ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਦੇਸ਼ ਭਗਤਾਂ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦਾ, ਅਤੇ ਮਜ਼ਦੂਰ ਅਤੇ ਕਿਸਾਨ ਦੇ ਬਿਨਾਂ ਭਲਾ ਹੋ ਹੀ ਨਹੀਂ ਸਕਦਾ। ਜੇ ਮਜ਼ਦੂਰ ਦੀ ਲੁੱਟ ਹੁੰਦੀ ਆ ਅਤੇ ਕਿਸਾਨ ਦੀ ਵੀ ਹੁੰਦੀ ਆ। ਕਿਸਾਨ ਅਤੇ ਮਜ਼ਦੂਰ ਦਾ ਰਿਸ਼ਤਾ ਜਿਹੜਾ ਇਹ 9 ਮਾਸ ਵਾਲਾ ਪੱਕਾ ਰਿਸ਼ਤਾ ਵਾ, ਉਹ ਕਿਸਾਨ ਦੇ ਬਿਨਾਂ ਮਜ਼ਦੂਰ ਨਹੀਂ ਬਚ ਸਕਦਾ ਅਤੇ ਮਜ਼ਦੂਰ ਦੇ ਬਿਨਾਂ ਕਿਸਾਨ ਨਹੀਂ ਬਚ ਸਕਦਾ। ਪਰ ਕੁਝ ਸ਼ਰਾਰਤੀ ਲੋਕ ਇੱਦਾਂ ਦੇ ਹੈਗੇ ਆ, ਤੁਹਾਡੀ ਗੱਲ ਉਹ ਠੀਕ ਆ ਵੀ ਜਿਹੜੇ ਲੋਕ ਜਦੋਂ ਮਜ਼ਦੂਰ ਆਪਣੀ ਦਿਹਾੜੀ ਦੀ ਗੱਲ ਕਰਦਾ, ਜੇ ਕਿਸਾਨ ਆਪਣੀ ਫਸਲ ਦੇ ਭਾਅ ਦੀ ਗੱਲ ਕਰਦਾ ਅਤੇ ਮਜ਼ਦੂਰ ਉਹਦੇ ਵਿੱਚ ਬਹਿ ਕੇ ਨਾਰਾ ਮਾਰਦਾ ਵੀ ਕਿਸਾਨ ਨੂੰ ਫਸਲ ਦਾ ਭਾਅ ਮਿਲਣਾ ਚਾਹੀਦਾ, ਪਰ ਜੇ ਕਿਤੇ ਮਜ਼ਦੂਰ ਇਹ ਗੱਲ ਕਵੇ ਵੀ ਆਹ ਝੋਨੇ ਦੀ ਲਵਾਈ ਆ ਗਈ ਆ ਜਾਂ ਦੂਜੀ ਤੀਜੀ ਹੈ ਅਤੇ ਮੇਰੇ ਵਿੱਚ ਇਹਦਾ 100-50 ਰੁਪਈਆ ਵਧਾ ਦਿਉ, ਪਰ ਉਹ ਸਾਰੇ ਕਿਸਾਨ ਨਹੀਂ ਮੈਂ ਕਹਿੰਦਾ, ਕਈ ਕਿਸਾਨ ਜਿਹੜੇ ਇੱਦਾਂ ਦੇ ਆ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦਾ ਪਾੜਾ ਪਾ ਕੇ ਮਜ਼ਦੂਰਾਂ ਨੂੰ ਉਸ ਆਵਾਜ਼ ਨੂੰ ਦੱਬਣਾ ਚਾਹੁੰਦੇ ਆ, ਇਹ ਜਿਹੜੀ ਆਪਣੀ ਕਿਰਤ ਦੀ ਉਹਦੇ ਵਿੱਚ ਵਾਧਾ ਕੋਈ ਮੰਗਦੇ ਆ, ਇਹਨਾਂ ਨੂੰ ਵਾਧਾ ਨਹੀਂ ਦੇਣਾ, ਇਹਨਾਂ ਦਾ ਬਾਈਕਾਟ ਕਰ ਦਿਉ, ਇਹਨਾਂ ਨੂੰ ਵੱਟਾਂ 'ਤੇ ਨਹੀਂ ਚੜ੍ਹਨ ਦੇਣਾ। ਇਹ ਗੱਲ ਤਾਂ ਠੀਕ ਆ, ਬਹੁਤੇ ਨਹੀਂ 100-5% ਉਹਦਾ ਦੇ ਕਿਸਾਨ ਹੋਣਗੇ, ਪਰ ਜਿਹੜੀਆਂ ਜਥੇਬੰਦੀਆਂ ਨਾਲ ਲੋਕ ਜੁੜੇ ਆ ਕਿਸਾਨ ਜਥੇਬੰਦੀਆਂ, ਉਹ ਇੱਦਾਂ ਦਾ ਕਦੇ ਵੀ ਨਹੀਂ ਕਰਦੇ। ਜੇਕਰ ਸਿੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਰਕਾਰ ਵੱਲੋਂ ਲਗਾਤਾਰ ਕਿਸਾਨ ਮਜ਼ਦੂਰਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ, ਉਹਨੂੰ ਕਿਸ ਤਰ੍ਹਾਂ ਦੇਖਦੇ ਜੀ? ਕਰ ਰਿਹਾ ਵੀ ਸਰਕਾਰਾਂ ਜਿਹੜੀਆਂ ਇਹ ਲੋਕਾਂ ਦੇ ਵੇਖ ਕੇ ਵੀ ਲੋਕਾਂ ਨੂੰ ਕਿਹੜੀ ਸਹੂਲਤ ਚਾਹੀਦੀ ਆ, ਲੋਕਾਂ ਨੂੰ ਕੀ ਚਾਹੀਦਾ, ਉਸ ਹਿਸਾਬ ਦੇ ਕਾਨੂੰਨ ਬਣਾਉਂਦੀਆਂ। ਪਰ ਅੱਜ ਸਾਡੇ ਲੋਕ ਸਰਕਾਰ ਨੂੰ ਦੱਸਣ ਜਾ ਰਹੇ ਆ ਵੀ ਸਾਨੂੰ ਜਿਹੜੀ ਆਹ ਜਿਹੜੇ ਕਾਨੂੰਨ ਸਾਡੇ ਹੱਕ 'ਚ ਬਣਾਓ, ਇਹਦੇ ਨਾਲ ਸਾਡਾ ਭਲਾ ਵਾ। ਪਰ ਸਰਕਾਰ ਦੀ ਜਿਹੜੀ ਮਾੜੀ ਨੀਤੀ ਆ,
ਸੜਕ ਦੇ ਵਿੱਚ ਬਹੁਤ ਵੱਡੇ ਵੱਡੇ ਕਿੱਲ ਕੱਢ ਕੇ ਵੱਡੇ ਵੱਡੇ ਥੰਮ ਖੜੇ ਕਰਕੇ ਜਿਹੜਾ ਕੈਮੀਕਲ ਵਾਲਾ ਪਾਣੀ ਆ ਜਿਹੜੇ ਜਿਹਦੇ ਨਾਲ ਜੇ ਉਹ ਅੱਖਾਂ 'ਤੇ ਪੈਂਦਾ ਜਾਂ ਚਮੜੀ 'ਤੇ ਪੈਂਦਾ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ। ਉਹਨਾਂ ਦੇ ਅਥਰੂ ਗੈਸ ਉਹ ਚਲਾਏ ਜਾ ਰਿਹਾ ਜਿਨ੍ਹਾਂ ਦੀ ਡੇਟ ਲੰਘੀ ਹੋਈ ਆ, ਉਹ ਵੀ ਉਹਦਾ ਪ੍ਰਦੂਸ਼ਣ ਜਿਹੜਾ ਇੰਨਾ ਮਾੜਾ ਵਾ ਉਹਦੇ ਧੂਏ ਦੇ ਨਾਲ ਵੀ ਨੁਕਸਾਨ ਹੋ ਸਕਦਾ। ਗੋਲੀਆਂ ਸ਼ਰੇਆਮ ਚਲਾਈਆਂ ਜਾ ਰਹੀਆਂ, ਹਜ਼ਾਰਾਂ ਜਿਹੜੇ ਉੱਥੋਂ ਦੇ ਕਿਸਾਨ ਆ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਫੱਟਰ ਕੀਤਾ। ਅਸੀਂ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸੰਯੁਕਤ ਮੋਰਚਾ ਸਾਨੂੰ ਕਾਲ ਦਿੰਦਾ ਦਿੱਲੀ ਨੂੰ ਜਾਣ ਦੇ, ਅਸੀਂ ਮਾਰਦੇ ਛਾਲਾਂ ਦਿੱਲੀ ਨੂੰ ਜਾਵਾਂਗੇ, ਉਹਨਾਂ ਦੇ ਪਿੱਠ 'ਤੇ ਖਲੋਵਾਂਗੇ। ਹਾਂਜੀ।